ਐਵੇਂ ਨਹੀਂ ਜੇ ਆਗੂ ਕਹਾਉਣਾ ਤਾਂ ਕੁਰਬਾਨੀਆਂ ਵੀ ਦੇਣੀਆਂ ਪੈਂਦੀਆਂ ਲੋਕ ਸਾਨੂੰ ਐਵੇਂ ਨਹੀਂ ਬਣਾਉਂਦੇ ਨੁਮਾਇੰਦੇ ਤੁਹਾਡੇ ਵਾਂਗੂ ਨਹੀਂ ਅੱਜ ਬੀਜੇਪੀ ਵਾਲਿਓ ਲੋਕ ਤੁਹਾਨੂੰ ਬਾਹਰ ਨਹੀਂ ਨਿਕਲਣ ਦੇ ਰਹੇ ਪੰਜਾਬ 'ਚ ਅੱਜ ਤੁਸੀਂ ਪੈਰਾਮਿਲਟਰੀ ਫੋਰਸਿਸ ਦੀ ਡਿਮਾਂਡ ਕਰ ਰਹੇ ਹੋ ਫੌਜ ਦੀ ਡਿਮਾਂਡ ਕਰ ਰਹੇ ਹੋ ਪੁਲਿਸ ਸਟੇਸ਼ਨ ਜਾਵਾਂਗੇ ਜਿੰਨੇ ਦਿਨ ਮਰਜ਼ੀ ਜੇਲ੍ਹ 'ਚ ਰੱਖੋ ਠੰਡ 'ਚ ਰੱਖੋ ਕੋਠੜੀ 'ਚ ਰੱਖੋ ਜਿੱਥੇ ਮਰਜ਼ੀ ਰੱਖੋ ਪਰ ਇਹ ਐਜੀਟੇਸ਼ਨ ਇਹ ਚੁੱਕਣਾ ਨਹੀਂ ਜਿੰਨਾ ਚਿਰ ਤਿੰਨੋਂ ਕਾਨੂੰਨ ਵਾਪਸ ਨਹੀਂ ਲੈਂਦੇ ਉਹਨਾਂ ਚਿਰ ਇਹ ਜੰਗ ਜਾਰੀ ਰਹੂ ਅਤੇ ਜਿੱਦਣ ਜਿੱਤ ਹੋ ਉੱਦਣ ਵਾਪਸ ਮੁੜਾਂਗੇ ਕਿ ਪੰਜਾਬ ਦੀ ਜਿਹੜੀ ਬੀਜੇਪੀ ਆ ਅਸ਼ਵਨੀ ਸ਼ਰਮਾ ਜੀ ਜਦੋਂ ਇਹਨਾਂ 'ਤੇ ਕਿਸਾਨਾਂ ਦਾ ਵਿਰੋਧ ਕੀਤਾ ਤਾਂ ਉਦੋਂ ਵੀ ਮੈਂ ਕਿਹਾ ਸੀ ਵੀ ਕਿਸਾਨਾਂ 'ਤੇ ਨਾ ਪਰਚਾ ਦਰਜ ਕਰਿਓ ਨਾ ਪਰਚੀ ਦਰਜਾ ਕਰਿਓ ਮੇਰੇ 'ਤੇ ਕਰ ਦਿਓ ਕੋਈ ਫਰਕ ਨਹੀਂ ਅਮਿਤ ਸ਼ਾਹ ਜੀ ਹੁਣ ਇਹਨਾਂ ਨੂੰ ਕੱਲ੍ਹ ਨੂੰ ਆ ਮੈਂ ਆਪਣੀ ਝੁੱਗੀ 'ਚ ਬੈਠਾ ਇੱਥੇ ਕਿਸਾਨਾਂ ਦੇ ਲਈ ਜਦ ਮਰਜ਼ੀ ਸਾਰਾ ਦਿਨ ਤੁਹਾਡੀ ਪੁਲਿਸ ਮੈਨੂੰ ਆ ਕੇ ਅਰੈਸਟ ਕਰਕੇ ਲੈ ਕੇ ਜਾਵੇ ਅਤੇ ਉਦੋਂ ਬਾਅਦ ਜੇ ਤੁਹਾਡੇ 'ਚ ਹਿੰਮਤ ਨਾ ਹੋਈ ਅਰੈਸਟ ਕਰਨ ਦੀ ਤਾਂ ਮੈਂ ਆਪ ਪੁਲਿਸ ਸਟੇਸ਼ਨ ਆਪਣੇ ਸਾਥੀਆਂ ਨਾਲ ਆ ਕੇ ਆਪਣੀ ਗ੍ਰਿਫਤਾਰੀ ਦਊਂਗਾ ਜਿੰਨਾ ਚਿਰ ਮਰਜ਼ੀ ਜੇਲ੍ਹ 'ਚ ਰੱਖਿਓ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਨੂੰ ਜੰਤਰ ਮੰਤਰ 'ਤੇ ਤਕਰੀਬਨ 26 ਦਿਨ ਹੋ ਗਏ ਬੈਠਿਆਂ ਨੂੰ ਅਤੇ ਕੱਲ੍ਹ ਅਸੀਂ ਸਾਰੇ ਹੀ ਕਿਸਾਨਾਂ ਦੇ ਲਈ ਪਰਿਵਾਰ ਸਮੇਤ ਨਵੇਂ ਸਾਲ 'ਤੇ ਵੀ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਆਪਣੇ ਪਰਿਵਾਰ ਸਮੇਤ ਜਦੋਂ ਅਰਦਾਸ ਕਰ ਰਹੇ ਸੀ ਸਤਨਾਮ ਵਾਹਿਗੁਰੂ ਦਾ ਜਾਪ ਜਪ ਰਹੇ ਸੀ ਇਹ ਨਵੇਂ ਸਾਲ 'ਚ ਵੀ ਕਿਸਾਨਾਂ ਦੀ ਜਿੱਤ ਹੋਵੇ ਇਹ ਤਿੰਨੋਂ ਕਾਨੂੰਨ ਵਾਪਸ ਹੋਣ ਪਰ ਉੱਥੋਂ 10 ਮੀਟਰ ਪਰੇ ਜਿਹੜਾ ਪਾਰਲੀਮੈਂਟ ਸਟਰੀਟ ਜਿਹੜਾ ਪੁਲਿਸ ਸਟੇਸ਼ਨ ਹੈ ਉੱਥੇ ਬੀਜੇਪੀ ਵਾਲੇ ਅਤੇ ਆਰਐਸਐਸ ਵਾਲੇ ਜਿਵੇਂ ਕਿ ਇਹਨਾਂ ਦੀ ਆਦਤ ਆ ਸ਼ੜਯੰਤਰ ਰਚਣ ਦੀ ਉਸੇ ਟਾਈਮ ਉੱਥੇ ਮੇਰੇ ਉੱਤੇ FIR ਦਰਜ ਕਰਵਾ ਰਹੇ ਸੀ ਮੇਰਾ ਬਾਏ ਨੇਮ ਜਿਹੜਾ ਤਕਰੀਬਨ ਇਹਨਾਂ ਨੇ ਜਿਹੜੀਆਂ ਧਾਰਾਵਾਂ ਲਾਈਆਂ ਏ ਉਹਦੇ ਵਿੱਚ 504 ਅਤੇ 506 IPS ਦੀਆਂ ਧਾਰਾਂ ਲਾਈਆਂ ਏ ਨਾਲ ਖਾਲੀ ਨਾਂ ਛੱਡ ਤੇ ਵੀ ਬਾਅਦ ਦੇ ਵਿੱਚ ਬਾਕੀ MP ਸਾਹਿਬਾਨ MLA ਸਾਹਿਬਾਨਾਂ ਦੇ ਨਾਂ ਆ ਜਿਹੜੇ ਉਹ ਪੰਜਾਂ ਦੇ ਭਰਾਂਗੇ ਜੀਰਾ ਸਾਹਿਬ ਸਾਡੇ ਔਜਲਾ ਸਾਹਿਬ ਡਿੰਪਾ ਸਾਹਿਬ ਲੱਕੀ ਜੀ ਅਤੇ ਮੇਰਾ ਬਾਏ ਨੇਮ ਮੈਨੂੰ ਇਹਨਾਂ ਦੇ ਇੱਥੇ ਇੱਕ ਜਿਹੜੇ ਇਹ ਪਲੈਨਿੰਗ ਕਰਦੇ ਆ ਹਮੇਸ਼ਾ ਕਿਸ ਤਰੀਕੇ ਨਾਲ ਦੰਗੇ ਹੋਣ ਕਿਸ ਤਰੀਕੇ ਨਾਲ ਮਾਰ ਮਰੀਆ ਹੋਵੇ ਉਸ ਗੱਲ ਨੂੰ ਗੋਦੀ ਮੀਡੀਆ ਨੇ ਜਿਹੜਾ ਮੈਂ ਕਿਹਾ ਸੀ ਵੀ ਭਾਈ 40 ਲੋਕ ਸਾਡੇ ਸ਼ਹੀਦ ਹੋ ਗਏ ਨੇ ਤੁਸੀਂ ਕਿੰਨੀਆਂ ਲਾਸ਼ਾਂ ਚਾਹੁੰਦੇ ਹੋ ਅਸੀਂ ਉਨੀਆਂ ਲਾਸ਼ਾਂ ਦੇ ਢੇਰ ਲਾ ਦਿੰਦੇ ਹਾਂ ਤੁਹਾਡੇ ਲਈ ਭਾਈ ਅਸੀਂ ਕੁਰਬਾਨ ਕਰ ਦਿੰਦੇ ਹਾਂ ਆਪਣੇ ਆਪ ਨੂੰ ਜੇ ਤੁਸੀਂ SOL ਕਨਾਲ ਮੰਗਦੇ ਹੋ ਇਸ ਵੇਲੇ ਤੁਹਾਡੇ ਧਰਨੇ ਦਿੱਤੇ ਹਰਿਆਣੇ 'ਚ ਤੁਸੀਂ SOL ਕਨਾਲ ਖਾਤਰ ਅਸੀਂ ਤੁਹਾਨੂੰ ਭਾਈ ਪਾਣੀ ਦੀ ਜਗ੍ਹਾ ਆਪਣਾ ਖੂਨ ਆ ਜਿਹੜਾ ਉਹ ਦੇ ਕੇ ਤੁਹਾਡੀਆਂ ਨਹਿਰਾਂ ਭਰ ਦਿੰਦੇ ਹਾਂ ਪਰ ਸਾਡੇ ਕਿਸਾਨ ਜਿਹੜੇ ਬੱਚੇ ਮਾਸੂਮ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਇੰਨੀ ਠੰਡ 'ਚ ਅੱਜ 1 ਡਿਗਰੀ ਟੈਂਪਰੇਚਰ ਆ 4 ਤਰੀਕ ਪਾਤੀ ਅੱਗੇ ਅਤੇ ਕਿੰਨੇ ਹੱਡ ਭੰਨਣੀ ਇਹ ਜਿਹੜੀ ਇੱਕ ਹੱਡ ਚੀਰ ਦੀ ਠੰਡ ਆ ਅਤੇ ਉਹਦੇ ਵਿੱਚ ਤੁਸੀਂ ਸਿੱਟਿਆ ਪਰ ਇਹਨਾਂ ਨੇ ਆ ਡਰਾਉਣ ਨੂੰ ਕਿਸਾਨਾਂ ਨੂੰ ਧਮਕਾਉਣ ਨੂੰ ਕਿਸਾਨਾਂ ਨੂੰ ਵੀ ਆਹ ਤੁਹਾਡਾ ਵੱਡਾ ਮੈਂਬਰ ਪਾਰਲੀਮੈਂਟ ਜਿਹੜਾ ਸਭ ਤੋਂ ਪਹਿਲਾਂ ਪਾਰਲੀਮੈਂਟ 'ਚ ਬੋਲਿਆ ਸੀ ਵੀ ਜੇ ਸਾਡਾ ਸਾਹ ਘੁੱਟੋਂਗੇ ਤਾਂ ਅਸੀਂ ਸੜਕਾਂ 'ਤੇ ਆਵਾਂਗੇ ਆ ਉਹਦੇ ਉੱਤੇ ਅਸੀਂ FIR ਦਰਜ ਪਰਚਾ ਦਰਜ ਕਿਉਂਕਿ ਪੰਜਾਬ ਦੀ ਜਿਹੜੀ BJP ਆ ਅਸ਼ਵਨੀ ਸ਼ਰਮਾ ਜੀ ਜਦੋਂ ਇਹਨਾਂ 'ਤੇ ਕਿਸਾਨਾਂ ਦਾ ਵਿਰੋਧ ਕੀਤਾ ਤਾਂ ਉਦੋਂ ਵੀ ਮੈਂ ਕਿਹਾ ਸੀ ਵੀ ਕਿਸਾਨਾਂ 'ਤੇ ਨਾ ਪਰਚਾ ਦਰਜ ਕਰਿਓ ਨਾ ਪਰਚੀ ਦਰਜਾ ਕਰਿਓ ਮੇਰੇ 'ਤੇ ਕਰ ਦਿਓ ਕੋਈ ਫਰਕ ਨਹੀਂ ਅਤੇ ਲਗਾਤਾਰ ਹੁਣ ਅਸ਼ਵਨੀ ਸ਼ਰਮਾ ਕੱਲ੍ਹ ਨੂੰ ਲੁਧਿਆਣੇ ਵੀ ਆ ਰਹੇ ਆ ਮੇਰੇ 'ਤੇ FIR ਦਰਜ ਕਰਾਉਣ ਇਹਨਾਂ ਦਾ ਗਰੇਵਾਲ ਸਾਹਿਬ ਇਹਨਾਂ ਦਾ ਜਿਹੜਾ ਇੱਕ ਜਨਰਲ ਸੈਕਟਰੀ ਆ ਅੰਮ੍ਰਿਤਸਰ ਤੋਂ ਅਤੇ ਇਹ ਸਾਰੀ BJP 22 ਜਗ੍ਹਾ 'ਤੇ ਉੱਥੇ ਪਰਚੇ ਦਰਜ ਕਰਾਉਣ ਗਈ ਆ ਪਰ ਉੱਥੇ ਫਿਰ ਵੀ ਕਾਨੂੰਨ ਆ ਸਰਕਾਰ ਆ
पर जिथे आप दे इन्हां दे होम मिनिस्टर अमित शाह जी दे थले ये दिल्ली पुलिस आ जिथे बिना किसी एक सिर्फ टीवी ते किसी एक अपने चैनल ते जिस तरीके नाल इन्हां ने उस गल नूं बना के मेरे ते FIR दर्ज की आ पर मेरे लिए ये मैडल आ किसानां लई मैं अपने पंजाब खातर यह जिया मेरे ते पहले ही बहुत FIR दर्ज आ चाहे मैं बठिंडे चंडीगढ़ चाहे लुधियाने जेलों च भी रहे हैं हुण गल इन्नी आ अश्विनी जी ते BJP RSS वाले दिल्ली वाले अमित शाह जी हुण इन्हां नूं कल नूं आ मैं अपनी झुग्गी च बैठा इत्थे किसानां दे लई जद मर्जी सारा दिन थोड़ी पुलिस मैनू आके अरैसट करके लैके जाए तो उदू बाद जे थोड़े हिम्मत ना हुई अरैसट करन दी ते मैं आप पुलिस स्टेशन अपने साथियों ना आके अपनी गिरफ्तारी दूंगा जिन्ना चिर मर्जी जेल च रखियो जो मर्जी सजावां दिओ जो मर्जी जिन्ना मर्जी टॉर्चर करियो जो थोड़ा जी करदा तुसी करियो जो तुसी हमेशा करदे आ रहे हो फिर की होया जे UP दे किसानां ते तुसी 50-50 लख दे जुर्माने ला के उन्हां नूं 5-5 साल की सज़ा दे के जे पराली वाले नूं तुसी 1 करोड़ रुपया जुर्माना 1 किले वाले नूं ते 2 साल की सज़ा 5 साल की सज़ा दे सकदे हो ते मैनू की आ ते असी इसे करके लोगों के लीडर हाँ एवें नहीं जे आगू कहाउणा ते कुर्बानियां भी देनियां पैंदियां ने लोग सानू एवें नहीं बणाउंदे नुमाइंदे थोड़े अंगू नहीं अज BJP वाले लोग थानू बाहर नहीं निकल दे रहे पंजाब अज तुसी पैरामिलिट्री फोर्स की डिमांड कर रहे हो फौज की डिमांड कर रहे हो असी पए हाँ थोड़े मूहरे दिल्ली रात नू अपनी इस किसानां दी झुग्गी च जद मर्जी जिहड़ी हुण तुसी हिम्मत कीती आ मेरे ते FIR दर्ज वह भी 31 तरीक नू नवां साल चढ़दे जदों लोग अपने खुशियां मना रहे सी ते असी लोग सारे परिवारां नाल किसानां दे मजदूरां दे ते जिहड़ा आम आदमी आ जिहनूं तुसी जिहदा कचुंबर कढ़णा तुसी इह बिल लिया के रिटेल दा परचून दा उन्हां दी रसोई आ जिहड़ी सब तों महंगी जदों तुसी इह खाण पीण दा समान ही सब तों वध असर उहते होणा ना पर चलो थोनू मुबारकां इह थोनू खुशी मिलदी आ ते थोनू मुबारकां पर साडे लई इह FIR मैडल ने साडे लई इह तगमे आ ते हुण मैं इन्नी भरावो बेनती थोनू दसना सी भी इस कोझियां चालां ते आ गए ने ते इस करके मीडिया च गल्लां आईयां मैं तां इह लाइव होया भी बिल्कुल भी किसी ने फिक्र नहीं करना परवाह नहीं करनी सारा दिन इन्हां नूं उड़ीकांगे बह के हुण जे FIR दर्ज क्योंकि 10 मीटर ते पहलां ये RSS ने ते BJP ने करवाई आ ते उदू बाद सारियां नूं मीडिया नूं दस के सारियां नूं दस के थोड़े मूहरे जेल च पुलिस स्टेशन जावांगे जिन्ने देर मर्जी जेल च रखो ठंड च रखो कोठड़ी च रखो जिथे मर्जी रखो पर ये एजिटेशन ये झुकना नहीं जिन्ना चिर तीनों कानून वापस नहीं लेंदे उन्ना चिर ये जंग जारी रहू ते जिदन जित हो उदन वापस मुड़ांगे ये गल मैं थोड़े रूबरू करनी सी क्योंकि हुण ही ये मीडिया च जिहड़ियां इन्हां ने FIR दियां जिहड़ियां वो रिपोर्ट आ जिहड़ी लीक कीती आ एक ड्रोन नूं भी शायद उठ के किसान जां असी उठ के चले जावांगे बिल्कुल जी ये कदे हो ही नहीं सुपने च ना सोचियो ते पहलां भी उत्थे गल कीती आ शहीद आजम सरदार बेअंत सिंह दी उन्होंने भी अपने खून अपना शरीर अपनी कुरबानी दित्ती सी ते ये कह रहे आ भी सरदार बेअंत सिंह दा पोता होके ये गल्लां कर रहा मैं भी उस राह ते चलदा होया मैं ये कह रहा भी भाई असी ओ मर्जी बड़े हाँ जिन्नियां मर्जी सातों साडा खून लै लो जिन्ना मर्जी सातों भाई कुरबानियां लै लो पर असी पिछे नहीं हटना ना तुसी FIR नाल जदों गोलियां नहीं डरा सकियां तुसी की चीज़ हो बिल्कुल नहीं डरांगे इस तरीके नाल थोड़े खिलाफ डटे रहांगे जदों साडे नाल लोग ने साडे नाल किसान ने किसानां दे बजुर्ग बच्चे परिवार साडे नाल ने साडियां मावां मेरे नाल ने मेरियां मावां दीआं दवावां मेरे नाल ने ते मैं बिल्कुल भी पिछे नहीं हटूंगा इन्हां शब्दां नाल एक बार फिर BJP वाले RSS वालेयां नूं मुबारक पंजाब वालेयां नूं दिंदा भी तुसीं अपने इत्थे दिल्ली पुलिस तों जिहड़ा इह परचा जोर पा के दर्ज करवाया तुहानूं मुबारकबाद वधाई धन्नवाद जय हिंद T5 चैनल पंजाबी हुणे सबसक्राइब करो बैल आइकन ते क्लिक करो